ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨਿਮਰਤਾ ਦੇ ਪੁੰਜ ਸ਼ਾਂਤੀ ਦੇ ਮੁਜਸਮੇ ਬਿਲਕੁਲ ਇੱਕ ਸਾਰ ਸੁਰਤ ਰਹਿੰਦੀ ਹੈ। ਬਰਕਤਾਂ ਤੇ ਬਚਪਨ ਵਿੱਚ ਹੀ ਮਿਲੀਆਂ। ਧੰਨ ਮਾਤਾ ਭਾਨੀ ਜੀ, ਸਤਿਗੁਰਾਂ ਦੇ ਮਾਤਾ ਜੀ, ਪਿਤਾ ਜੀ, ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਕਹਿੰਦੇ ਨਾਨਕੇ ਕੌਣ ਨੇ? ਗੁਰੂ ਅਰਜਨ ਦੇਵ ਜੀ ਦੇ ਨਾਨਾ ਜੀ ਧੰਨ ਗੁਰੂ ਅਮਰਦਾਸ ਜੀ। ਦੇਖੋ ਨਾਨਕੇ ਵੀ ਗੁਰੂ ਤੇ ਦਾਦਕੇ ਵੀ ਗੁਰੂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਨਾਨਾ ਜੀ ਧੰਨ ਗੁਰੂ ਅਮਰਦਾਸ ਜੀ, ਦਾਦਾ ਜੀ, ਪਿਤਾ ਜੀ ਧੰਨ ਗੁਰੂ ਰਾਮਦਾਸ ਜੀ, ਤੇ ਪੁੱਤਰ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ, ਪੋਤਰੇ ਧੰਨ ਗੁਰੂ ਹਰ ਰਾਏ ਸਾਹਿਬ ਜੀ। ਦੇਖੋ ਕਿੱਡੀਆਂ ਵੱਡੀਆਂ। ਪੋਤਰੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ, ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪੋਤਰੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ। ਪਰ ਪੋਤਰੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਇਹ ਉਹ ਖਾਨਦਾਨ, ਇਹ ਉਹ ਵੱਡੀ ਬਰਕਤ ਦਾ ਵੱਡਾ ਭੰਡਾਰ ਹੈ ਜਿਹਨੇ ਦੁਨੀਆਂ ਨੂੰ ਤਪਦਿਆਂ ਨੂੰ ਠੰਡ ਪਾਉਣੀ ਆ। ਸਤਿਗੁਰੂ ਕਹਿੰਦੇ ਛੋਟੀ ਉਮਰ ਹੈ। ਨਾਨਕੇ ਨੇ ਨਾਨਾ ਜੀ ਸ੍ਰੀ ਗੁਰੂ ਅਮਰਦਾਸ ਜੀ ਰੱਬੀ ਆਨੰਦ ਵਿੱਚ ਬੈਠੇ ਆ। ਬੀਬੀ ਭਾਨੀ ਜੀ ਨਾਨਕੇ ਨੇ, ਆਪਣੇ ਪੇਕੇ ਨੇ, ਤੇ ਗੁਰੂ ਅਰਜਨ ਦੇਵ ਜੀ ਨਾਨਕੇ ਨੇ। ਛੋਟੀ ਉਮਰ ਹੈ, ਭੱਜਦੇ ਭੱਜਦੇ ਨਾਨੇ ਦਾ ਪੁੱਤ ਦੋਤੇ ਨੂੰ ਮੋਹ ਹੋ ਗਿਆ। ਭੱਜੇ ਭੱਜੇ ਆਏ ਤੇ ਆ ਕੇ ਨਾ ਗੁਰਦੇਵ ਸੱਚੇ ਪਾਤਸ਼ਾਹ ਜੀ ਦੇ ਮੰਜੇ ਨੂੰ ਹਲੂਣਾ ਦੇ ਦਿੱਤਾ। ਪਿੱਛੇ ਪਿੱਛੇ ਬੀਬੀ ਭਾਨੀ ਜੀ ਆ ਗਏ ਵੀ ਸਤਿਗੁਰੂ ਤੇ ਆਪਣੇ ਆਨੰਦ 'ਚ ਬੈਠੇ ਨੇ। ਪਰ ਦੋਤੇ ਸੀ, ਰੋਕਿਆ ਕਿਸੇ ਨੇ ਨਹੀਂ। ਭੱਜੇ ਭੱਜੇ ਆਏ, ਮੰਜੇ ਨੂੰ ਆ ਕੇ ਹਲੂਣਾ ਦੇ ਦਿੱਤਾ। ਧੰਨ ਮੇਰੇ ਗੁਰੂ ਅਮਰਦਾਸ ਜੀ ਨੇ ਨੇਤਰ ਖੋਲੇ, ਕਹਿੰਦੇ ਕੌਣ ਪ੍ਰਗਟਿਆ ਪੁਰਖ ਅਵਤਾਰੀ, ਜਿਨ ਮੰਜੀ ਹਲਾਈ ਸਾਰੀ। ਕਹਿੰਦੇ ਕੌਣ ਹੈ ਜਿਹਨੇ ਮੰਜੇ ਨੂੰ ਹਲਾਇਆ? ਜਦੋਂ ਨੇਤਰ ਖੋਲੇ, ਬੀਬੀ ਭਾਨੀ ਜੀ ਕਹਿੰਦੇ ਮਹਾਰਾਜ ਇਹ ਤੇ ਤੁਹਾਡਾ ਦੋਇਤ ਹੈ ਜੀ, ਗਲਤੀ ਹੋ ਗਈ, ਦੋਇਤ ਹੈ ਤੁਹਾਡਾ। ਤੇ ਧੰਨ ਮੇਰੇ ਗੁਰੂ ਅਮਰਦਾਸ ਜੀ ਨੇ ਮਸਤਕ ਤੱਕਿਆ। ਗੁਰੂ ਅਮਰਦਾਸ ਸਾਹਿਬ ਕਹਿਣ ਲੱਗੇ, ਕਹਿੰਦੇ ਬੀਬੀ ਭਾਨੀ, ਨਿਰਾ ਦੋਇਤਾ ਨੀ, ਇਹ ਦੋਇਤਾ ਬਾਣੀ ਕਾ ਬੋਇਥਾ ਹੈ। ਪਹਿਲਾਂ ਵਾਰ ਦਿੱਤਾ ਉੱਥੇ, ਕਹਿੰਦੇ ਇਹ ਕੇਵਲ ਦੋਇਤਾ ਨਹੀਂ, ਦੋਇਤਾ ਬਾਣੀ ਕਾ ਬੋਇਥ ਹੈ। ਫਿਰ ਗੁਰਦੇਵ ਸੱਚੇ ਪਾਤਸ਼ਾਹ ਦੇਖਦੇ ਨੇ, ਧੰਨ ਗੁਰੂ ਅਰਜਨ ਦੇਵ ਜੀ ਖੜੇ ਨੇ ਨਾ ਬੀਬੀ ਭਾਨੀ ਜੀ ਕੋਲ ਨੇ, ਮਹਾਰਾਜ ਜੀ ਪਲੰਘ ਤੇ ਬੈਠੇ ਨੇ, ਛੋਟੀ ਉਮਰ ਹੈ, ਲੱਤਾਂ ਹਜੇ ਪੀੜੇ ਉੱਤੇ ਮੰਜੇ ਉੱਤੇ ਚੜ੍ਹ ਨਹੀਂ ਪਾਉਂਦੇ, ਪਰ ਕੋਸ਼ਿਸ਼ ਕਰਦੇ ਪਏ ਆ, ਚੜ੍ਹ ਨਹੀਂ ਹੋ ਰਿਹਾ, ਕੋਸ਼ਿਸ਼ ਕਰ ਰਹੇ ਹੈ। ਤੇ ਧੰਨ ਗੁਰੂ ਅਮਰਦਾਸ ਜੀ ਨੇ ਦੂਜਾ ਵਰ ਦਿੱਤਾ, ਕਹਿੰਦੇ ਗੁਰਗੱਦੀ ਮੰਗਦਾ ਗੁਰਗੱਦੀ, ਕਾਲਾ ਪਿਆ ਗੁਰਗੱਦੀ ਨੂੰ। ਕਹਿੰਦੇ ਗੁਰਗੱਦੀ ਸਾਡੇ ਤੋਂ ਨਹੀਂ, ਕਹਿੰਦੇ ਗੁਰਗੱਦੀ ਨੂੰ ਇਹਨਾਂ ਦੇ ਪਿਤਾ ਜੀ ਗੁਰੂ ਰਾਮਦਾਸ ਜੀ ਤੋਂ ਮਿਲੇਗੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਦੂਜਾ ਵਰ, ਇਹ ਗੁਰਗੱਦੀ ਦਾ ਬਚਨ ਵੀ ਗੁਰੂ ਅਮਰਦਾਸ ਜੀ ਨੇ ਕੀਤਾ, ਬਾਣੀ ਦੇ ਬੋਹੇ 'ਚ ਵੀ ਗੁਰੂ ਅਮਰਦਾਸ ਜੀ ਨੇ ਕਿਹਾ। ਜਦੋਂ ਲੱਗੇ ਨਾ ਗੁਰੂ ਅਮਰਦਾਸ ਜੀ ਚੱਕਣ, ਪਿਆਰ ਬਹੁਤ ਆ ਗਿਆ, ਬਰਕਤਾਂ ਵੱਡੀਆਂ, ਖਜ਼ਾਨੇ ਲੈ ਲਏ ਆ। ਜਦੋਂ ਮੇਰੇ ਗੁਰੂ ਅਮਰਦਾਸ ਸਾਹਿਬ ਮਹਾਰਾਜ ਲੱਗੇ ਨਾ ਆਪਣੇ ਦੋਤੇ ਨੂੰ ਗੋਦੀ ਚੱਕਣ, ਮੰਜੇ ਤੋਂ ਐ ਕਰਕੇ ਹੱਥ ਪਾਇਆ ਚੱਕਣ ਲੱਗੇ, ਸਰੀਰ ਸੀ ਬੜਾ ਭਾਰਾ, ਸਰੀਰ ਭਾਰਾ ਸੀ, ਚੱਕਣ ਲੱਗੇ ਕਹਿੰਦੇ ਬੱਲੇ 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 ਬੜਾ ਭਾਰਾ। ਇੰਨਾ ਬਚਨ ਕਰਕੇ ਕਹਿੰਦੇ ਬੜਾ ਭਾਰੀ ਗੁਰੂ ਹੋਏਗਾ, ਵੱਡੀਆਂ ਵੱਡੀਆਂ ਪਰਖਾਂ ਤੇ ਨਹੀਂ ਡੋਲੇਗਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਭਾਰੀ ਗੁਰੂ ਹੋਣਗੇ। ਤਿੰਨ ਵਾਰ ਦਿੱਤੇ ਨੇ ਜੀ, ਪਹਿਲਾ ਦੋਇਥਾ ਬਾਣੀ ਕਾ ਬੋਇਥਾ, ਦੂਜਾ ਗੁਰਗੱਦੀ ਦਾ ਵਰ ਵੀ ਪਿਤਾ ਗੁਰੂ ਰਾਮਦਾਸ ਸਾਹਿਬ ਮਹਾਰਾਜ ਤੋਂ ਮਿਲਣੀ ਹੈ, ਤੀਜਾ ਵਰ ਦਿੱਤਾ ਵੀ ਬੜੇ ਭਾਰੀ ਗੁਰੂ ਹੋ ਕੇ ਵਰਤਣਗੇ।